ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਰੀਸ਼ੂ ਕੋਟ ਤੇ ਤੁਸੀਂ ਦੇਖ ਰਹੇ ਹੋ ਚਰਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਚਰਦੀ ਕਲਾ ਟਾਈਮ ਟੀਵੀ ਤੇ ਸ਼ੋਅ ਖਾਸ ਮੁਲਾਕਾਤ ਦੇ ਵਿੱਚ ਤੇ ਅੱਜ ਮੈਂ ਤੁਹਾਡੇ ਰੂਬਰੂ ਕਰਾਂ ਜਾਣ ਜਾ ਰਹੀ ਹਾਂ ਪੰਜਾਬ ਦੀ ਉਸ ਸ਼ਖਸੀਅਤ ਨੂੰ ਉਸ ਯੰਗਸਟਰ ਨੂੰ ਜਿਨੇ ਕੁਝ ਹੀ ਸਮੇਂ ਦੌਰਾਨ ਕੁਝ ਦਿਨਾਂ ਦੇ ਵਿੱਚ ਕਹਿ ਲਓ ਬਹੁਤ ਵਧੀਆ ਜਾਣ ਪਛਾਣ ਬਣਾ ਲਈ ਹੈ ਅੱਜ ਅਸੀਂ ਰੂਬਰੂ ਕਰਨ ਜਾ ਰਿਆਂ ਇੱਕ ਇਹੋ ਜਿਹੀ ਸ਼ਖਸੀਅਤ ਨੂੰ ਜਿਨਨੇ ਕੁਛ ਹੀ ਟਾਈਮ ਦੇ ਵਿੱਚ ਕੁਛ ਹੀ ਦਿਨਾਂ ਦੇ ਵਿੱਚ ਸ਼ੌਹਰਤ ਦੀ ਬੁਲੰਦੀਆਂ ਨੂੰ ਛੂ ਲਿਆ ਹੈ ਮਾਪਿਆਂ ਦਾ ਸੰਗੋਰੀਏ ਤੈਨੂੰ ਲਾਡਾ ਨਾਲ ਰੱਖ ਸੋਣੀਏ ਜੀ ਹਾਂ ਵੈਲਕਮ ਕਰਦੇ ਹਾਂ ਨਿਰਵੈ ਪੰਨੋ ਜੀ ਦਾ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਚੜ੍ਹਦੀ ਕਲਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਸਭ ਦੇ ਰੂਬਰੂ ਕਰਾਇਆ ਥੈਂਕ ਯੂ ਹੋਰ ਨਿਰਵੈ ਜੀ ਕੀ ਹਾਲ ਚਾਲ ਨੇ ਤੁਹਾਡੇ ਹਾਂ ਜੀ ਹਾਂ ਬਹੁਤ ਵਧੀਆ ਬਹੁਤ ਵਧੀਆ ਜੀ ਓਕੇ ਜਿਵੇਂ ਤੁਸੀਂ ਦਿਨਾਂ ਦੇ ਵਿੱਚ ਹੀ ਸ਼ੋਹਰਤ ਦੀ ਬੁਲੰਦੀਆਂ ਨੂੰ ਛੂ ਲਿਆ ਉਸਤੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਬਸ ਰੱਬ ਮਾਲਕ ਕਰਾਉਣ ਵਾਲਾ ਜੀ ਸਾਰਾ ਕੁਝ ਬਹੁਤ ਖੁਸ਼ੀ ਹੋ ਰਹੀ ਹੈ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਜੀ ਤੇ ਸਰ ਜਿਵੇਂ ਦਿਨਾਂ ਦੇ ਵਿੱਚ ਹੀ ਤੁਸੀਂ ਥੋੜੇ ਜੇ ਦਿਨਾਂ ਦੇ ਵਿੱਚ ਹੀ ਤੁਸੀਂ ਟਿਕਟੌਕ ਸਟਾਰ ਵੀ ਬਣ ਗਏ ਟਿਕਟੌਕ ਤੇ ਵੀ ਤੁਹਾਡਾ ਗਾਣਾ ਬਹੁਤ ਫੇਮਸ ਹੋ ਰਿਹਾ ਹੈ ਤੇ ਟਿਕਟੌਕ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਟਿਕਟੌਕ ਦਾ ਬਹੁਤ ਸਾਥ ਆ ਜੀ ਮੇਰੇ ਸਾਹ ਉਹਨਾਂ ਟਿਕਟੌਕ ਨੇ ਇਹੀ ਜ਼ਿਆਦਾ ਇਹਨੂੰ ਅੱਗੇ ਲਿਆਂਦਾ ਗੀਤ ਨੂੰ ਕਿਉਂਕਿ 1 ਮਿਲੀਅਨ ਵੀਡੀਓ ਹੋ ਚੁੱਕੀਆਂ ਆ ਤੇ ਮੇਰੇ ਹਿਸਾਬ ਨਾਲ ਟਿਕਟੌਕ ਦਾ ਹੀ ਸਾਰਾ ਕੁਝ ਆ ਉੱਥੋਂ ਬਹੁਤ ਸਾਬ ਦੇ ਰੂਬਰੂ ਹੋਇਆ ਗੀਤ ਕਹਿ ਲਈ ਆਪਾਂ ਸਭ ਦੇ ਮੂਹਰੇ ਆਇਆ ਤੇ ਟਿਕਟੌਕ ਨੇ ਕੀਤਾ ਸਾਰਾ ਕੁਝ ਨਿਰਵੇਹ ਜੀ ਤੁਸੀਂ ਸਿੰਗਿੰਗ ਨੂੰ ਆਪਣਾ ਕੈਰੀਅਰ ਬਣਾਉਣ ਬਾਰੇ ਕਿੱਦਾਂ ਸੋਚਿਆ ਕਿਵੇਂ ਤੁਹਾਡੇ ਮਨ 'ਚ ਆਇਆ ਕਿ ਤੁਸੀਂ ਸਿੰਗਿੰਗ ਨੂੰ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਹਾਂਜੀ ਮੇਰਾ ਸ਼ੌਂਕ ਸੀਗਾ ਜੀ ਗਾਉਣ ਦਾ ਤੇ ਸ਼ੁਰੂ ਤੋਂ ਹੀ ਤੇ ਮੈਂ ਛੋਟਾ ਹੁੰਦਾ ਹੀ ਗਾਉਂਦਾ ਸੀ ਕਹਿ ਲਈ ਆਪਾਂ ਤੇ ਹੌਲੀ-ਹੌਲੀ ਗਾਉਂਦੇ ਗਏ ਹੌਲੀ-ਹੌਲੀ ਸ਼ੌਂਕ ਵੱਧਦਾ ਗਿਆ ਫਿਰ ਵਧੀਆ-ਵਧੀਆ ਬੰਦੇ ਟੱਕਰਦੇ ਗਏ ਮਿਲਦੇ ਗਏ ਫਿਰ ਹੌਲੀ-ਹੌਲੀ ਇੱਧਰ ਨੂੰ ਆ ਗਏ ਤੁਹਾਡੀ ਸਕੂਲਿੰਗ ਕਿੱਥੋਂ ਹੋਈ ਹੈ ਸਕੂਲਿੰਗ ਮੇਰੀ ਪਟਿਆਲੇ ਸ਼ਹਿਰ ਚੋਂ ਹੀ ਹੋਈ ਹੈ ਜੀ 10ਵੀਂ ਮੈਥੋਂ ਕੀਤੀ ਹੈ ਪਲੱਸ 2 ਵੀ ਇੱਥੋਂ ਕੀਤੀ ਹੁਣ ਕਾਲਜ ਵੀ ਮੈਂ ਇੱਥੇ ਕਰ ਰਿਹਾ ਹਾਂ ਅਮੇਂਦਰਾ ਕਾਲਜ ਪਟਿਆਲੇ ਤੋਂ 3 ਨਿਰਵੇਜ ਜੀ ਮਹਿੰਦਰਾ ਕਾਲਜ ਨੇ ਤੁਹਾਡਾ ਕਿਵੇਂ ਸਾਥ ਦਿੱਤਾ ਸਿੰਗਿੰਗ ਚ ਹਾਂਜੀ ਬਹੁਤ ਸਾਥ ਮਿਲਿਆ ਜੀ ਕਿਉਂਕਿ ਮੈਂ ਯੂਥ ਫੈਸਟੀਵਲ ਚ ਵੀ ਜਾਂਦਾ ਰਿਹਾ ਹਾਂ ਮੈਂ ਪਾਰਟਿਸਪੇਟ ਕਰਦਾ ਰਿਹਾ ਭੰਗੜੇ ਚ ਬੋਲੀਆਂ ਪਾਈਆਂ ਵਾ ਲੋਕੀ ਤੇ ਗਾਇਆ ਤੇ ਮਤਲਬ ਕਿ ਸਭ ਨੇ ਬਹੁਤ ਸਾਥ ਦਿੱਤਾ ਟੀਚਰਾਂ ਨੇ ਵੀ ਹੋਰ ਵੀ ਯਾਰਾਂ ਬੇਲੀਆਂ ਨੇ ਸਭ ਨੇ ਸਾਥ ਦਿੱਤਾ ਨਿਰਮੈਲ ਜੀ ਜਿਵੇਂ ਯੂਥ ਫੈਸਟੀਵਲ ਤੋਂ ਉੱਠ ਕੇ ਹੁਣ ਤੁਸੀਂ ਆਪਣੀ ਵੀਡੀਓਜ਼ ਬਣਾ ਲਈ ਕਿ ਇੱਕ ਮੁੰਡਾ ਜਿਹੜਾ ਯੂਥ ਫੈਸਟੀਵਲ ਦੇ ਵਿੱਚ ਪਾਰਟਿਸਿਪੇਟ ਕਰਦਾ ਹੁੰਦਾ ਸੀ ਪੰਗੜੇ 'ਚ ਬੋਲੀਆਂ ਪਾਉਂਦਾ ਸੀ ਤੇ ਅੱਜ ਉਹਨੇ ਆਪਣੀ ਵੀਡੀਓ ਕੱਢੀ ਆਪਣੀ ਐਲਬਮ ਕੱਢੀ ਤੇ ਤੁਹਾਨੂੰ ਕਿੱਦਾਂ ਦਾ ਫੀਲ ਹੋ ਰਿਹਾ ਨਹੀਂ ਬਹੁਤ ਵਧੀਆ ਲੱਗ ਰਿਹਾ ਜੀ ਕਿਉਂਕਿ ਵੱਡਿਆਂ ਦੇ ਸਾਥ ਹੁੰਦਾ ਸਾਰਾ ਬਾਕੀ ਮਾਲ ਕਰਾਉਣ ਵਾਲਾ ਵਾ ਭਾਜੀ ਹਰਦੀਪ ਸਿੰਘ ਗਿੱਲ ਹੋਣੀ ਉਹਨਾਂ ਦਾ ਸਤਕਾ ਸਭ ਕੁਝ ਹੋਇਆ ਤੇ ਬਾਅਦ 'ਚ ਸੁਜੀਤ ਸਿੰਘ ਢੱਲੋਂ ਹੋਣੀ ਜੀ ਜੀ ਸਿੰਘ ਢੱਲੋਂ ਹੋਣੀ ਉਹਨਾਂ ਨਾਲ ਰਾਬਤਾ ਹੋਇਆ ਯੂਗਡੌਗ ਕੰਪਨੀ ਨਾਲ ਤੇ ਉਹਨਾਂ ਤੇ ਮਾਲਕ ਮਾਲਕੀ ਕਰਾਉਣ ਵਾਲਾ ਉਹੀ ਕਰਾਈ ਜਾਂਦਾ ਸਾਰਾ ਕੁਝ ਜੀ ਆਪਣੇ ਜੀਯੂਗ ਡੌਗ ਕੰਪਨੀ ਨਾਲ ਤੁਹਾਡੇ ਕਿੰਨੇ ਸੌਂਗ ਆ ਚੁੱਕੇ ਆ ਮੇਰੇ 8 ਗੀਤ ਆ ਗਏ ਜੀਯੂਗ ਡੌਗ ਤੋਂ ਤੇ ਅਗਲਾ ਵੀ ਹੁਣ ਰੈਡੀ ਹੈ ਬਸ ਉਹ ਵੀ ਕਰ ਦੇਣਾ ਓਕੇ ਜੇ ਸਿੰਗਿੰਗ ਤੁਹਾਡਾ ਕੈਰੀਅਰ ਨਾ ਹੁੰਦਾ ਤਾਂ ਤੁਸੀਂ ਕਿਸ ਕੈਰੀਅਰ ਵੱਲ ਜਾਂਦੇ ਕੀ ਤੁਸੀਂ ਸੋਚਿਆ ਕਿਸੇ ਹੋਰ ਕੈਰੀਅਰ ਵੱਲ ਮਤਲਬ ਜੇ ਤੁਹਾਡੀ ਸਿੰਗਿੰਗ 'ਚ ਪਛਾਣ ਨਾ ਬਣ ਪੰਦੀ ਇੰਨੀ ਵਧੀਆ ਤਾਂ ਤੁਸੀਂ ਕਿਸ ਕੈਰੀਅਰ ਵੱਲ ਜਾਂਦੇ ਕੀ ਸੋਚਿਆ ਤੁਸੀਂ ਹਾਂਜੀ ਹੁਣ ਉਹਨਾਂ ਦਾ ਪੁੱਛ ਚ ਸੀਗਾ ਜੀ ਤੇ ਬੜਾ ਚਾਹ ਵੀ ਸੀਗਾ ਤੇ ਉਹ ਬਸ ਇੱਧਰ ਕਹਿ ਲਈ ਆਪਾਂ ਵੀ ਹਰ ਬੰਨਿਓ ਅਪਰੀਸ਼ੀਏਟ ਕਰਨ ਲੱਪੇ ਜਦੋਂ ਕਹਾਲੀ ਇਹ ਪੈਸ਼ਨ ਕਦੋਂ ਪ੍ਰੋਫੈਸ਼ਨ ਬਣ ਗਿਆ ਪਤਾ ਨਹੀਂ ਲੱਗਾ ਪੁਲਿਸ ਦੇ ਵਿੱਚ ਜਾਣ ਵਾਲਾ ਪੰਜਾਬ ਦਾ ਗੱਭਰੂ ਸਿੰਗਿੰਗ ਦੇ ਵੱਲ ਮੁੜ ਗਿਆ ਜਾਂ ਕਹਿ ਲੋ ਸਿੰਗਿੰਗ ਹੀ ਉਹਨੇ ਆਪਣਾ ਕਰੀਅਰ ਚੁਣ ਲਿਆ ਤੇ ਨਿਰਵੈਰ ਜੀ ਮੈਂ ਇੱਕ ਗੱਲ ਹੋਰ ਪੁੱਛਣਾ ਚਾਹੂੰਗੀ ਤੁਹਾਨੂੰ ਇਸ ਸਿੰਗਿੰਗ ਦੀ ਪ੍ਰੇਰਣਾ ਕਿੱਥੋਂ ਮਿਲੀ ਸ਼ੁਰੂ ਤੋਂ ਹੀ ਗਾਉਂਦੇ ਸੀ ਕਹਾਲੀ ਆਪਾਂ ਜਦੋਂ ਜਵਾਕ ਜੇ ਸੀ ਉਦੋਂ ਤੋਤਲੇ ਜਿਹਾ ਬਾਹਰ ਚ ਗਾਉਂਦੇ ਰਹੇ ਆ ਤੇ ਹੋਰ ਵੀ ਸਾਰਿਆਂ ਨੇ ਕਹਿਣਾ ਵੀ ਨਿਰਵੈਰ ਗੀਤ ਸੁਣਾ ਯਾਰ ਤੇ ਇਦਾਂ ਦਾ ਗਾਉਂਦੇ ਗਏ ਬਾਅਦ ਚ ਮੇਰੇ ਦਾਦਾ ਜੀ ਵੈਸੇ ਗਾਉਂਦੇ ਸੀਗੇ ਵਾਰ 12 ਗਾਉਂਦੇ ਸੀਗੇ ਕੋਈ ਪ੍ਰੋਫੈਸ਼ਨਲ ਨਹੀਂ ਸੀ ਗਾਉਂਦੇ ਉਹ ਕਹਿ ਲਈ ਵੀ ਉਹਨਾਂ ਦੀ ਗੁੜਤੀ ਸ਼ਾਇਦ ਮਿਰਚ ਆ ਗਈ ਕਹਿ ਲਈ ਆਪਾਂ ਜਾਂ ਜੋ ਵੀ ਰੱਬ ਕਰਨ ਵਾਲਾ ਤੇ ਬਸ ਇਦਾਂ ਦਾ ਗਾਉਂਦੇ ਗਏ ਮੁਰਕੇ ਫਿਰ ਬੋਲੀਆਂ ਪਾਉਣ ਲੱਗੇ ਭੰਗੜੇ ਨਾਲ ਤੇ ਫਿਰ ਹੋਰ ਗਾਲਾਂ ਖੋਲਦਾ ਗਿਆ ਤੇ ਹੋਰ ਚੱਲਦਾ ਗਿਆ ਕੰਮ ਕਰ ਓਕੇ ਤੇ ਨਿਰਵੈ ਜੀ ਤੁਹਾਡਾ ਇੱਕ Song ਆਇਆ ਸੀ ਸਲੂਟ ਉਹਦੇ ਦੋ ਬੋਲ ਹੋ ਜਾਣ ਹਾਂਜੀ ਹਾਂ ਜ਼ਰੂਰ ਜੀ ਉਹ ਦੱਸ ਮਿੱਠੀ ਐਣੀ ਮੂੰਹੋਂ ਕੀ ਮੰਗਦੀ ਮਿੱਤਰਾਂ ਦੇ ਕੋਲੋਂ ਕਾ ਤੋ ਰਹੇ ਸੰਗ ਦੀ ਉਹ ਜਿਉਨੇ ਮੋੜ ਵਰਗਾ ਪਲੇਖਾ ਪੌਂਦਾ ਗੱਬਰੂ ਨਾ ਬੁੱਝ ਹੁੰਦੇ ਸਾਥੋਂ ਦਿਲ ਦੇ ਸਵਾਲ ਨਹੀਂ ਉਹ ਤੇਰੀ ਅੱਖਾਂ ਨੇ ਨਸ਼ੀਲੀਆਂ ਬਲੌਂਡ ਵਾਲ ਨਹੀਂ ਤੇਰੇ ਪਿੱਛੇ ਲੱਗੇ ਹੋਗੇ 5 ਸਾਲ ਨਹੀਂ ਗੱਬਰੂ ਨੂੰ ਮਾਰਦਾ ਸਲੂਟ ਸਾਰਾ ਸ਼ਹਿਰ ਤੂੰ ਤਾਂ ਪੁੱਛ ਆਣੀ ਆ ਕੇ ਕਦੇ ਹਾਲ ਚਾਲ ਨਹੀਂ ਸਰ ਜਿਉ ਨੇ ਮੋੜੇਲੀ ਗਾਲਤਾ ਸਮਝ ਆ ਗਈ ਵੀ ਤੁਸੀਂ ਭਲੇਖਾ ਪੈਂਦਾ ਬਟ ਇਹ 5 ਸਾਲ ਕੇ ਦੇ ਵਿੱਚ ਗਵਾਏ ਆ ਤੁਸੀਂ ਨਹੀਂ ਨਹੀਂ ਜੀ ਬਸ ਇਹ ਤਾਂ ਖਿਆਲ ਦੀ ਗੱਲ ਹੁੰਦੀ ਆ ਖਿਆਲਾਂ ਚ ਲਿਖਦਾ ਬੰਦਾ ਬਾਈ ਰਾਇਵਾਂ ਜਰਾਂ ਨੇ ਲਿਖਿਆ ਗੀਤ ਤੇ ਬਹੁਤ ਵਧੀਆ ਗੀਤ ਚੱਲ ਮੈਂ ਸੁਣਿਆ ਸਰ ਤੁਸੀਂ ਸੌਂਗਸ ਖੁਦ ਵੀ ਰਾਈਟ ਕਰਦੇ ਹੋ ਹਾਂ ਜੀ ਹਾਂ ਮੈਂ ਬਿਲਕੁਲ ਖੁਦ ਮੇਰੇ ਆ ਬੰਦੂਰ ਵੀ ਮੇਰਾ ਹੀ ਲਿਖਿਆ ਗੀਤ ਹੈ ਜੀ ਗੱਪਰੂ ਗੀਤ ਆਇਆ ਸੀ ਮੇਰਾ ਲਿਖਿਆ ਸੋਹਣੀ ਕੁੜੀ ਆਇਆ ਸੀਗਾ ਤੇ ਆਪ ਵੀ ਲਿਖਦਾ ਗੀਤ ਕਿਸੇ ਦਾ ਵੀ ਗਾਇਦੀ ਤੇ ਤੁਸੀਂ ਆਪ ਲਿਖਦੇ ਵੀ ਹੋ ਤੁਸੀਂ ਗਾਉਂਦੇ ਵੀ ਹੋ ਹੁਣ ਫਿਰ ਐਕਟਿੰਗ ਬਾਰੇ ਕੀ ਖਿਆਲ ਆ ਤੁਹਾਡਾ ਹਾਂਜੀ ਹਾਂ ਜਿੱਦਾਂ ਰੱਬ ਨੇ ਚਾਹਿਆ ਤੇ ਜ਼ਰੂਰ ਕਰਾਂਗੇ ਜੀ ਹੌਲੀ ਹੌਲੀ ਹਜੇ ਤੱਕ ਕੀਤਾ ਲਿਧਿਆਣਾ ਆਪਣਾ ਤੇ ਇਧਰ ਨੂੰ ਚਲਦੇ ਹਾਂ ਤੇ ਫਿਰ ਤਾਂ ਪ੍ਰੋਡਿਊਸਰਸ ਦੇ ਮਜ਼ੇ ਹੋ ਜਾਣਗੇ 3 ਇਨ 1 ਪੈਕੇਜ ਮਿਲਣ ਆਲਾ ਉਹਨਾਂ ਨੂੰ ਸਿੰਗਰ ਰਾਈਟਰ ਤੇ ਐਕਟਰ ਵੀ ਹਾਂਜੀ ਹਾਂ ਜਿਵੇਂ ਮਰਜ਼ੀ ਕਰ ਲਈਏ ਜੀ ਇੱਥੇ ਸਰ ਬੰਦੂਕ ਗਾਣੇ ਵਿੱਚ ਟਿਕਟੌਕ ਦੇ ਵਿੱਚ ਤੁਸੀਂ ਫੇਮਸ ਹੋਏ ਟਿਕਟੌਕ ਦੇ ਨਾਲ ਬੰਦੂਕ ਤੇ ਬੰਦੂਕ ਗਾਣੇ ਦੇ ਦੋ ਬੋਲ ਇੱਕ ਵਾਰੀ ਸਾਂਝੇ ਹੋ ਜਾਣ ਸਰ ਹਾਂਜੀ ਹਾਂ ਜ਼ਰੂਰ ਹਮਾਪਿਆਂ ਦਾ ਲਾਡਲਾ ਏ ਸਨ ਗੋਰੀਏ ਉਹ ਲਾਡਾ ਨਾਲ ਰੱਖੂ ਮੇਰੀ ਮਨ ਗੋਰੀਏ ਅੱਖ ਲਾਲ ਦਿਲ ਨਹੀਂਓ ਕਾਲਾ ਜੱਟ ਦਾ ਉਹ ਸੱਤੀ ਨਹੀਂ ਸੁਭਾ ਨਹੀਂਓ ਮਾੜਾ ਜੱਟ ਦਾ ਨਹੀਂ ਰੱਖੂਗਾ ਬਣਾ ਕੇ ਤੈਨੂੰ ਰਾਣੀ ਆਪਣੀ ਉਹ ਬਣੂਗੀ ਮਿਸਾਲ ਨਹੀਂ ਕਹਾਣੀ ਆਪਣੀ ਨਿਰਵੈਰ ਜੀ ਤੁਹਾਡੀ ਆਵਾਜ਼ 'ਚ ਇੰਨਾ ਕੁ ਦਮ ਹੈ ਨਾ ਮਤਲਬ ਮੈਨੂੰ ਲੱਗਦਾ ਵੇ ਜੇ ਤੁਸੀਂ ਗਾਣਾ ਗਾਓ ਤੇ ਬੰਦਾ ਐਂ ਪੈਰ ਥਿਰਖਣ ਲੱਗ ਜਾਂਦੇ ਆ ਵੀ ਨੱਚਣ ਦਾ ਮਨ ਕਰਨ ਲੱਗ ਜਾਂਦਾ ਹੈ ਤੇ ਹੁਣ ਨੱਚਣ ਤੋਂ ਪਹਿਲਾਂ ਅਸੀਂ ਇੱਕ ਛੋਟੀ ਜੀ ਗੇਮ ਖੇਡ ਲਈਏ। ਹਾਂਜੀ ਹਾਂ ਬਿਲਕੁਲ ਜੀ ਬਿਲਕੁਲ। ਬਟ ਇਸ ਗੇਮ ਦੇ ਦੋ ਤਿੰਨ ਰੂਲਸ ਐ। ਹਾਂਜੀ ਕਿਹੜੇ ਜੀ? ਇੱਕ ਤਾਂ ਤੁਸੀਂ ਜਿਹੜਾ ਜਵਾਬ ਦੇਣਾ ਹੈ ਉਹ ਇੱਕ ਵਰਡ ਦੇ ਵਿੱਚ ਦੇਣਾ ਹੈ ਜਾਂ ਫਿਰ ਇੱਕ ਲਾਈਨ ਇਸ ਤੋਂ ਉੱਪਰ ਜਵਾਬ ਨਹੀਂ ਸਰ। ਓਕੇ ਓਕੇ ਜੀ ਕੋਸ਼ਿਸ਼ ਕਰਦੇ। ਤੇ ਬਿਲਕੁਲ ਰੈਡੀ ਹਾਂ ਸਰ? ਹਾਂਜੀ ਹਾਂ। ਤੇ ਸ਼ੁਰੂ ਕਰੀਏ? ਬਿਲਕੁਲ ਜੀ ਬਿਲਕੁਲ। ਟਿਕ 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 ਸਟਾਰਟ। ਤੁਹਾਡਾ ਪਹਿਲਾ ਕ੍ਰਸ਼। ਕੋਈ ਵੀ ਨਹੀਂ ਹੈਗਾ ਸੀਗਾ ਜੀ ਤੇ ਉਹ ਹੁੰਦਾ ਹੀ ਹਰ ਇੱਕ ਦਾ ਹੀ। ਤੇ ਬਸ ਪਤਾ ਨਹੀਂ ਉਹ ਕੌਣ ਸੀ ਨਾਂ ਨਹੀਂ ਪਤਾ ਮੈਨੂੰ। ਉਹ ਤਾਂ ਹੈਗਾ ਸੀ ਇਹ ਪਹਿਲਾ ਕ੍ਰਸ਼ ਕਦੋਂ ਹੋਇਆ ਤੁਹਾਨੂੰ ਇਹ ਕਹਿ ਲਈਏ ਜੀ ਆਪਾਂ 10th ਕਲਾਸ ਚ 10th ਦੇ ਵਿੱਚ ਪਹਿਲਾ ਕ੍ਰਸ਼ ਤੁਹਾਡੀ ਪ੍ਰੈਜ਼ੈਂਟ ਗਰਲਫ੍ਰੈਂਡ? ਅਣੀ ਕੋਈ ਨਹੀਂ ਜੀ ਪ੍ਰੈਜ਼ੈਂਟ ਗਰਲਫ੍ਰੈਂਡ ਕੋਈ ਨਹੀਂ ਸਰ ਨਹੀਂ ਕੋਈ ਨਹੀਂ ਪੱਕਾ ਉਹ ਤਾਂ ਨਹੀਂ ਜਿਹੜੀ 5 ਸਾਲ ਜਿਹਦੇ ਵਿੱਚ ਲਾਇਆ ਤੁਸੀਂ ਨਹੀਂ ਨਹੀਂ ਜੀ ਕੋਈ ਨਹੀਂ ਬਿਲਕੁਲ ਤੁਹਾਡਾ ਡ੍ਰੀਮ ਵੈਨਿਊ ਜਿੱਥੇ ਤੁਸੀਂ ਸ਼ੂਟਿੰਗ ਕਰਨਾ ਚਾਹੁੰਦੇ ਹੋ? ਮੈਂ ਕੈਨੇਡਾ ਹੀ ਕਰੂੰਗਾ ਜੀ ਆਪਾਂ ਕਹਿ ਲਈਏ ਤੇ ਉਹੀ ਸਾਰਾ ਕੁਝ ਕਰਾਂਗੇ ਤੁਹਾਡੀ ਡ੍ਰੀਮ ਮਾਡਲ? ਮਾਡਲਸ ਆ ਰਹੀਆਂ ਨੇ ਵਧੀਆ ਜੀ ਹਰ ਇੱਕ ਨੇ ਕਰਾਂ ਕੰਮ ਕਰ ਬਾਲੀਵੁੱਡ ਦੀ ਫੇਮਸ ਐਕਟਰ ਜਾਂ ਕੋਈ ਵੀ ਐਕਟਰ ਜਿਹੜੀ ਤੁਹਾਨੂੰ ਪਸੰਦ ਹੋਵੇ ਐਕਟਰਸ ਤਾਂ ਨਹੀਂ ਪਸੰਦ ਮੈਨੂੰ ਐਕਟਰ ਪਸੰਦ ਆ ਜੀ ਰਣਵੀਰ ਸਿੰਘ ਨੂੰ ਮੈਂ ਬਹੁਤ ਵਧੀਆ ਫੈਨ ਆ ਕਹਿ ਲਈਏ ਤੇ ਉਹਨਾਂ ਨੂੰ ਫੋਲੋ ਕਰਦੇ ਆ ਐਕਟ੍ਰੈਸ ਕੋਈ ਨਹੀਂ ਪਸੰਦ ਤੁਹਾਨੂੰ ਸਾਰੀਆਂ ਪਸੰਦ ਆ ਜੀ ਆਪਾਂ ਕਾਲੀ ਵਾਲੀ ਪੱਟ ਹੋਣੀ ਕਹਿ ਲਈਏ ਆਪਾਂ ਜਸਾਰਾ ਵਾਲੀ ਖਾਨ ਸਾਰੀਆਂ ਪਸੰਦ ਆ ਓਕੇ ਤੇ ਤੁਹਾਡਾ ਡ੍ਰੀਮ ਪ੍ਰੋਜੈਕਟ ਕੀ ਹੈ ਡ੍ਰੀਮ ਪ੍ਰੋਜੈਕਟ ਕੋਈ ਸੋਚਿਆ ਨਹੀਂ ਇੱਦਾਂ ਬਸ ਕਰ ਜਿਆ ਨੇ ਗੀਤ ਸਾਰੇ ਤੇ ਜਿਵੇਂ ਜਿਵੇਂ ਮਾਲਕ ਕਰਾਈ ਗਿਆ ਕਰੀ ਜਾਵਾਂਗੇ ਜੀ ਕੋਈ ਐ ਤਾਂ ਨਿਰਵੇਰ ਜੀ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਕੋਈ ਤੁਹਾਡਾ ਕਿਸ ਐਕਟਰ ਨਾਲ ਤੁਸੀਂ ਆਪਣੀ ਮੂਵੀ ਸਾਈਨ ਕਰਨਾ ਚਾਹੋਗੇ ਨੇ ਐਕਟਰ ਤਾਂ ਸਾਰੇ ਹੀ ਚੰਗੇ ਆ ਜੀ ਜਿਹੜਾ ਐਕਟਰ ਆ ਉਹ ਤਾਂ ਫਿਰ ਐਕਟਰ ਹੀ ਆ ਸਾਰੇ ਚੰਗੇ ਆ ਤੇ ਮੈਂ ਤਾਂ ਜ਼ਿਆਦਾਤਰ ਮੈਨੂੰ ਦੀਪ ਸਿੱਧੂ ਬਾਈ ਜਿਹੜਾ ਉਹ ਬਹੁਤ ਵਧੀਆ ਲੱਗਦਾ ਵਾ ਉਹਨਾਂ ਨਾਲ ਜ਼ਰੂਰ ਕਰਨਾ ਚਾਹੂੰ ਮੈਂ ਮਤਲਬ ਤੁਸੀਂ ਸਿੰਗਾ ਮੂਵੀ ਦੇ ਅੱਛੇ ਫੈਨ ਹੋ ਹਾਂਜੀ ਹਾਂ ਕਹਿ ਲਈ ਆਪਾਂ ਇਦਾਂ ਕਹਿ ਸਕਦੇ ਆ ਓਕੇ 30 ਸੇ ਤੁਹਾਡਾ ਫੇਵਰਿਟ ਗਾਣਾ ਫੇਵਰਿਟ ਗੀਤ ਮੇਰੇ ਸਾਰੇ ਹੀ ਆ ਜੀ ਤੇ ਕੋਈ ਮਗਰ ਕਿ ਮੇਰਾ ਰਿਆਜ਼ ਹੀ ਇਹ ਹੈ ਵੀ ਗੀਤ ਹੀ ਗਾਉਣਾ ਮੈਂ ਕੋਈ ਮੋਕੇ ਅਲਗੀ ਹਰੇਕ ਨੂੰ ਹੀ ਸੁਣਦੇ ਆ ਤੇ ਸਾਰੇ ਗੀਤ ਸੋਹਣੇ ਆ ਜੀ ਸਭ ਵਧੀਆ ਜੀ ਵੀ ਸਰ ਆਪਾਂ ਕਈ ਵਾਰੀ ਸਟ੍ਰੈਸ ਚ ਹੁੰਨੇ ਆ ਕਈ ਵਾਰੀ ਬਹੁਤ ਖੁਸ਼ ਹੁੰਨੇ ਆ ਤਾਂ ਸਾਡਾ ਦਿਲ ਕਰਦਾ ਵੀ ਅਸੀਂ ਉਹ ਗਾਣਾ ਗਾਈਏ ਤੇ ਉਹ ਕਿਹੜਾ ਗਾਣਾ ਹੈ ਹਿੰਦੀ ਪੰਜਾਬੀ ਜਿਹੜਾ ਤੁਸੀਂ ਤੁਹਾਨੂੰ ਗਾਣਾ ਵਧੀਆ ਲੱਗਦਾ ਹੈ ਜਿਸ ਦੇ ਬੋਲ ਤੁਹਾਨੂੰ ਵਧੀਆ ਲੱਗਦੇ ਆ ਮੈਂ ਉਹ ਵੇ ਛੋਟੇ ਹੁੰਦੇ ਤਾਂ ਗਾਉਂਦਾ ਹੁੰਦਾ ਸੀ ਮੈਨੂੰ ਬੜਾ ਚੰਗਾ ਲੱਗਦਾ ਸੋਹਣੋ ਨਾਰਾਜ਼ਗੀ ਤੇ ਨਹੀਂ ਗੱਲ ਦਿਲ ਦੀ ਜਿੱਕ ਕਹਦੇ ਆ ਤੁਹਾਡੇ ਫਾਦਾ ਸਾਹਿਬ ਤੋਂ ਖਾਦੀ ਹੋਈ ਤੁਹਾਡੀ ਪਹਿਲੀ ਪਟਾਈ ਪਹਿਲੀ ਪਟਾਈ ਮੇਰੇ ਸਾਹਮਣੇ ਮੈਨੂੰ ਯਾਦ ਨਹੀਂ ਕਿ ਕਿੱਟਿਆ ਉਹ ਛੋ ਤੇ ਪੈਂਦੀਆਂ ਹਰੇਕ ਨੂੰ ਹੀ ਆਪਾਂ ਗਲਤੀ ਕਰਾਂਗੇ ਤੇ ਪੈਣਗੇ ਜੀ ਗਲਤੀ ਸਾਰੇ ਬੱਚੇ ਕਰਦੇ ਆ ਤੁਸੀਂ ਵੀ ਕੀਤੀ ਹੋਣੀ ਮੈਂ ਵੀ ਕੀਤੀ ਹੈ ਤੇ ਕੋਈ ਐਡਵਾਈਸ ਤੁਹਾਡੇ ਫਾਦਰ ਸਾਹਿਬ ਦੀ ਤੁਹਾਨੂੰ ਯਾਦ ਹੋਵੇ ਐਡਵਾਈਸ ਇਹੀ ਸੀ ਉਹ ਵੀ ਚੰਗੇ ਪਾਸੇ ਰਹਿਣਾ ਵਾ ਚੰਗਾ ਗਾਉਣਾ ਵਾ ਚੰਗਾ ਹੀ ਆਪਾਂ ਚੰਗਾ ਹੀ ਪੜ੍ਹਨਾ ਵਾ ਇਹ ਨਾ ਹੋਵੇ ਵੀ ਕੋਈ ਸ਼ਿਕਾਇਤ ਆ ਜੇ ਕਿਸੇ ਤੇ ਪਾਸਿਓਂ ਤੇ ਬਸ ਇਹੀ ਹੈ ਜੀ ਅੱਜ ਦੇ ਪੰਜਾਬ ਦੇ ਯੂਥ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਮੇਰਾ ਇਹੀ ਹੈ ਜੀ ਇੱਕ ਤਾਂ ਆਪਣਾ ਜਿਹੜੀ ਬਿਮਾਰੀ ਚੱਲਦੀ ਆ ਕਰੋਨਾ ਤੋਂ ਬਚ ਕੇ ਤੇ ਦੂਜਾ ਆਪਾਂ ਚੰਗਾ ਹੀ ਪੜੀਏ ਤੇ ਚੰਗਾ ਹੀ ਲਿਖੀਏ ਚੰਗਾ ਹੀ ਸੁਣੀਏ ਓਕੇ ਸਰ ਕੁਸ਼ ਨੇ ਰਾਉਂਡ ਖਤਮ ਹੋ ਚੁੱਕਾ ਹੈ ਤੇ ਤੁਸੀਂ ਐਵਰੇਜ ਪਾਸ ਹੋ ਰਹੇ ਹੋ ਸਰ ਕੋਈ ਚੱਕਰ ਨਹੀਂ ਸਰ ਪੇਪਰਾਂ 'ਚ ਵੀ ਇਦਾਂ ਹੀ ਹੁੰਦੇ ਸੀ ਇੱਥੇ ਤੇ ਜੇ ਹੁਣ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗੀ ਜਿਵੇਂ ਸਾਡਾ ਪੰਜਾਬ ਦਾ ਯੂਥ ਹੈ ਉਹ ਜਿਸ ਪਾਸੇ ਨੂੰ ਜਾ ਰਿਹਾ ਹੈ ਤੁਸੀਂ ਜਾਣਦੇ ਹੀ ਹੋ ਤੇ ਉਹਨਾਂ ਲਈ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਨੇ ਬਿਲਕੁਲ ਜੀ ਨਸ਼ਾ ਤਾਂ ਕੋਈ ਵੀ ਮਾੜਾ ਹੀ ਆ ਕਹਿ ਲਈ ਆਪਾਂ ਤੇ ਨਸ਼ੇ ਤੋਂ ਬਚ ਕੇ ਹੀ ਆ ਤੇ ਆਪਦਾ ਚੰਗੀ ਚੀਜ਼ਾਂ ਉੱਤੇ ਧਿਆਨ ਦੇਈਏ ਚੰਗਾ ਆਪ ਪੜ੍ਹੀਏ ਤੇ ਚੰਗੀ ਸੰਗਤ ਹੋਵੇ ਤਾਂ ਫਿਰ ਬੰਦਾ ਬਿਲਕੁਲ ਸਹੀ ਪਾਸੇ ਜਾਊਗਾ ਇਹਨਾਂ ਚੀਜ਼ਾਂ ਤੋਂ ਬਚ ਕੇ ਚੰਗਾ ਹੈ ਓਕੇ ਤੇ ਨਿਰਵੇਜ ਜੀ ਹੁਣ ਮੈਂ ਤੁਹਾਡਾ ਇੱਕ ਪੋਸਟਰ ਦੇਖਿਆ ਸੀ ਤੁਹਾਡੇ ਨਵੇਂ ਗਾਣੇ ਦਾ ਤੇ ਮਿੱਠਾ ਬੋਲ ਕੇ ਕਿ ਸਰ ਉਹਦੇ ਦੋ ਬੋਲ ਸਾਂਝੇ ਕਰਨਾ ਚਾਹੋਗੇ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਓ ਯਾਰੀਆਂ ਦੇ ਵਿੱਚ ਕਦੇ ਨਫੇ ਨਹੀਂ ਓ ਤੱਕੇ ਚੰਗੇ ਮਾਰੇ ਦਾ ਵੀ ਲਾਇਆ ਕੋਈ ਹਿਸਾਬ ਨਾ ਓ ਦਿਲ ਵਿੱਚ ਵੜ ਪੂਰਾ ਪੇਤ ਸਾਡਾ ਲੈ ਕੇ ਲੋਕੀ ਖੇਡੇ ਜਜ਼ਬਾਤਾਂ ਦੀ ਕਿਤਾਬ ਨਾ ਓ ਸਾਨੂੰ ਆਉਂਦੇ ਨਾ ਵਪਾਰ ਬੱਲੀਏ ਓ ਮਿੱਠਾ ਬੋਲ ਕੇ ਖਰੀਦ ਲੈਂਦੀ ਦੁਨੀਆ ਇੰਨੇ ਮਹਿੰਗੇ ਵੀ ਨਹੀਂ ਯਾਰ ਬੱਲੀਏ ਇੰਨੇ ਮਹਿੰਗੇ ਨਹੀਂ ਵੀ ਯਾਰ ਬੱਲੀਏ ਮਤਲਬ ਮਿੱਠਾ ਬੋਲ ਕੇ ਅਸੀਂ ਖਰੀਦ ਸਕਦੇ ਹਾਂ ਹਰ ਇੱਕ ਨੂੰ ਮਿੱਠਾ ਬੋਲਣਾ ਬਹੁਤ ਜ਼ਰੂਰੀ ਹੈ ਇਸਨ ਸਾਡੇ ਨਾਲ ਨਿਰਵੈਰ ਪੰਨੂ ਜੀ ਤੇ ਅਸੀਂ ਹੁਣ ਵਿਦਾ ਲਵਾਂਗੇ ਤੇ ਜਲਦੀ ਤੁਹਾਡੇ ਰੂਬਰੂ ਹੋਵਾਂਗੇ ਇੱਕ ਹੋਰ ਸ਼ਖਸੀਅਤ ਦੇ ਨਾਲ ਤੇ ਕਰਾਂਗੇ ਕੁਝ ਦਿਲ ਦੀਆਂ ਗੱਲਾਂ ਤੇ ਦੇਖਦੇ ਰਹੋ ਚਰਦੀਕਲਾ ਟਾਈਮ ਟੀਵੀ ਨਾਰਥ ਅਮਰੀਕਾ